ਜੋ ਸਾਰੇ ਜਾਣਦੇ ਆ ਮੇਰਾ ਨਾਮ ਹੈ ਕਮਲ ਕੌਰ ਤੇ ਅੱਜ ਮੈਂ KPU 'ਚ ਬੈਠੀ ਹਾਂ KPU ਸਰੀ ਕੈਂਪਸ ਦੇਖ ਸਕਦੇ ਹੋ ਤੁਸੀਂ ਬਹੁਤ ਜ਼ਿਆਦਾ ਕਾਮ ਪਲੇਸ ਹੈ ਅਤੇ ਕਾਫੀ ਵਧੀਆ ਲੱਗ ਰਿਹਾ ਆ ਇੱਥੇ ਆ ਕੇ ਕਿਤੇ ਕਿਤੇ ਹੀ ਆਈਦਾ ਔਨਲਾਈਨ ਕਲਾਸਿਸ ਕਰਕੇ ਬਟ ਫਿਰ ਅੱਜ ਮੈਂ ਤੁਹਾਡੇ ਲਈ ਇੱਕ ਇਨਫੋਰਮੇਸ਼ਨ ਲੈ ਕੇ ਆਈ ਹਾਂ ਉਹ ਇਨਫੋਰਮੇਸ਼ਨ ਕੋਈ ਲੇਟੈਸਟ ਵਾਲੀ ਨਹੀਂ ਆ ਬਟ ਪਤਾ ਹੀ ਹੁੰਦਾ ਆ ਬਟ ਬਹੁਤ ਸਾਰੇ ਬੱਚੇ ਜਿੱਦਾਂ ਕਿ ਨਿਊ ਆ ਹੁਣ ਮੈਂ ਆਪਣੀ ਹੀ ਇਗਜ਼ਾਮਪਲ ਲੈ ਲਵਾਂ ਜਦੋਂ ਮੈਂ KPU ਐਡਮਿਸ਼ਨ ਲੈਣੀ ਸੀ ਜਾਂ ਫਿਰ ਕੈਨੇਡਾ ਦੇ ਕੋਈ ਵੀ ਕਾਲਜ 'ਚ ਲੈਣੀ ਸੀ ਮੈਨੂੰ ਕੁਛ ਨਹੀਂ ਪਤਾ ਸੀਗਾ ਕੀ ਸਿਸਟਮ ਆ ਕਿੱਦਾਂ ਕੀ ਚੱਲਦਾ ਜਸਟ ਇੰਨਾ ਪਤਾ ਸੀ ਉੱਥੇ ਜਾ ਕੇ ਪੜ੍ਹਨਾ ਆ ਸਮੈਸਟਰ ਹੁੰਦੇ ਆ ਦੈਟਸ ਇਟ ਠੀਕ ਹੈ ਕੋਰਸਿਸ ਦਾ ਵੀ ਚਲੋ ਸੁਣਿਆ ਸੀ ਨਾ ਠੀਕ ਹੈ ਕੋਰਸਿਸ ਹੁੰਦੇ ਆ ਅਤੇ ਉਹ ਕਿਸ ਹਿਸਾਬ ਨਾਲ ਲਏ ਜਾਂਦੇ ਆ ਕੀ ਉਹਦਾ ਕ੍ਰਾਈਟੀਰੀਆ ਉਹ ਮੈਨੂੰ ਕੁਛ ਨਹੀਂ ਪਤਾ ਸੀਗਾ ਸੋ ਉਹ ਮੈਂ ਸਰਚ ਕੀਤਾ ਸੀ ਜਾਂ ਫਿਰ ਹੁਣ ਮੈਂ ਇੱਥੇ ਆ ਗਈ ਹਾਂ ਮੈਨੂੰ ਅਲੱਗ ਅਲੱਗ ਲੋਕਾਂ ਨਾਲ ਮਿਲ ਕੇ ਜਿਹੜੀ ਨੌਲੇਜ ਮਿਲਦੀ ਆ ਅਤੇ ਤਾਂ ਕਰਕੇ ਥੋੜ੍ਹੀ ਜਿਹੀ ਮੈਨੂੰ ਜਿੰਨਾ ਕੁ ਪਤਾ ਮੈਂ ਤੁਹਾਨੂੰ ਇਹਦੇ ਬਾਰੇ ਦੱਸਦੀ ਹਾਂ ਕਿਉਂਕਿ ਮੈਨੂੰ ਕਈ ਜਾਣਿਆਂ ਨੇ ਕਿਹਾ ਸੀਗਾ ਕਿ ਕੀ ਸਿਸਟਮ ਹੈ ਇਹਦਾ ਕੀ ਸਾਰਾ ਕੁਛ ਕ੍ਰਾਈਟੀਰੀਆ ਕੀ ਹੈ ਇੱਥੇ ਐਡਮਿਸ਼ਨ ਦਾ ਜਾਂ ਕੁਛ ਵੀ ਉਹ ਸਾਨੂੰ ਜ਼ਰੂਰ ਦੱਸੋ ਸੋ ਉਹੀ ਮੈਂ ਤੁਹਾਡੇ ਨਾਲ ਅੱਜ ਡਿਸਕਸ ਕਰੂੰਗੀ ਅਤੇ ਮੇਰੀ ਵੀਡੀਓ ਨੂੰ ਲਾਈਕ ਸ਼ੇਅਰ ਐਂਡ ਕਮੈਂਟ ਜ਼ਰੂਰ ਕਰਕੇ ਪੁੱਛ ਲਿਓ ਜੇ ਕੋਈ ਕਨਫਿਊਜ਼ਨ ਹੈ ਬਾਕੀ ਜੇ ਕੋਈ ਨਵਾਂ ਆਇਆ ਤਾਂ ਸਬਸਕ੍ਰਾਈਬ ਕਰ ਦਿਓ ਚੈਨਲ ਨੂੰ ਤਾਂ ਜੋ ਲੇਟੈਸਟ ਨੌਲੇਜ ਤੁਹਾਡੇ ਤੱਕ ਈਜ਼ੀਲੀ ਪਹੁੰਚ ਸਕੇ ਅਤੇ ਜਦੋਂ ਵੀ ਮੈਂ ਕੁਝ ਵੀਡੀਓ ਅਪਲੋਡ ਕਰਾਂ ਤੁਹਾਨੂੰ ਪਹਿਲਾਂ ਨੋਟੀਫਿਕੇਸ਼ਨ ਆ ਰਾਈਟ ਸੋ ਹੁਣ ਸ਼ੁਰੂ ਕਰਦੇ ਹਾਂ ਫਿਰ ਅਸੀਂ ਆਪਣਾ ਟੌਪਿਕ ਹੈ ਜੀ ਕਿ ਇੱਥੇ ਜਦੋਂ ਐਡਮਿਸ਼ਨ ਲੈਣੀ ਹੁੰਦੀ ਆ ਸਾਰੇ ਬੱਚਿਆਂ ਦੇ ਮਾਇੰਡ ਵਿੱਚ ਇਹ ਹੁੰਦਾ ਆ ਕਿ ਕਿੱਦਾਂ ਅਸੀਂ ਕਿਹੜਾ ਕੋਰਸ ਚੂਜ਼ ਕਰੀਏ ਸਭ ਤੋਂ ਪਹਿਲਾਂ ਜਿਹੜਾ ਚੈਲੇਂਜ ਵਾਲੀ ਚੀਜ਼ ਹੁੰਦੀ ਆ ਕਿ ਕਿਹੜਾ ਕੋਰਸ ਚੂਜ਼ ਕਰੀਏ ਅਤੇ ਮੈਂ ਇਹੀ ਰਿਕਮੈਂਡ ਕਰੂੰਗੀ ਕਿ ਏਜੰਟਸ ਦੇ ਸਿਰ 'ਤੇ ਨਾ ਬੈਠੋ ਕਿਉਂਕਿ ਸਾਨੂੰ ਹੁੰਦਾ ਕਿ ਜੋ ਏਜੰਟ ਨੇ 5-7 ਸ਼ਾਰਟ ਲਿਸਟ ਕਰ ਦਿੱਤੇ ਉਹੀ ਅਸੀਂ ਲੈ ਲੈਂਦੇ ਹਾਂ ਉਹੀ ਅਸੀਂ ਕਾਲਜ ਲੈ ਲੈਂਦੇ ਸੋ ਇੱਥੇ ਮੈਂ ਤੁਹਾਨੂੰ ਇਹੀ ਦੱਸਣਾ ਚਾਹੁੰਦੀ ਹਾਂ ਕਿ ਤੁਹਾਡੇ ਕਹਿੰਦੇ ਨਾ ਵੀਜ਼ਾ ਰਿਫਿਊਜ਼ ਹੋ ਗਿਆ 7 ਬੈਂਡ ਸੀ ਕਿਸੇ ਦੇ ਵੀਜ਼ਾ ਰਿਫਿਊਜ਼ ਹੋ ਗਿਆ ਕਈ ਵੇਲੇ ਉਹਦਾ ਰੀਜ਼ਨ ਇਹ ਵੀ ਹੁੰਦਾ ਕਿ ਜੋ ਤੁਸੀਂ ਪ੍ਰੀਵੀਅਸ ਸਟੱਡੀ ਕੀਤੀ ਹੁੰਦੀ ਆ ਅਤੇ ਤੁਹਾਡੀ ਕੈਨੇਡਾ ਵਾਲੀ ਸਟੱਡੀ ਉਹਦੇ ਨਾਲ ਮੇਲ ਨਹੀਂ ਖਾਂਦੀ ਸੋ ਹਮੇਸ਼ਾ ਇਹੀ ਆ ਤੁਸੀਂ ਧਿਆਨ ਰੱਖਣਾ ਕਿ ਤੁਹਾਡੀ ਪ੍ਰੀਵੀਅਸ ਸਟੱਡੀ ਆ ਜੇ ਤੁਸੀਂ ਪਲੱਸ ਟੂ ਕਰਕੇ ਆਏ ਆ ਪਲੱਸ ਵਨ ਪਲੱਸ ਟੂ 'ਚ ਜੋ ਤੁਸੀਂ ਸਬਜੈਕਟ ਕੀਤੇ ਆ ਕੀ ਤੁਹਾਡਾ ਅਗਲਾ ਕੋਰਸ ਜੋ ਤੁਸੀਂ ਲੈ ਰਹੇ ਆ ਕੀ ਉਹਨਾਂ ਰੈਲੇਵੈਂਟ ਹੈ ਫਿਰ ਰੈਲੇਵੈਂਸੀ ਕਿੱਦਾਂ ਚੈੱਕ ਕਰਨੀ ਆ ਤੁਸੀਂ ਹੁਣ ਐਲੀਜੀਬਿਲਿਟੀ ਹੁੰਦੀ ਨਾ ਅਤੇ ਵੈਸੇ ਤਾਂ ਜਦੋਂ ਤੁਸੀਂ ਆਫਰ ਲੈਟਰ ਅਪਲਾਈ ਕਰਦੇ ਹੋ ਤੁਸੀਂ ਐਲੀਜੀਬਲ ਆ ਤਾਂ ਹੀ ਆਫਰ ਲੈਟਰ ਤੁਹਾਨੂੰ ਜਿਹੜਾ ਰਿਲੀਜ਼ ਕਰਦਾ ਨਾ ਕੋਈ ਕਾਲਜ ਜਾਂ ਯੂਨੀਵਰਸਿਟੀ ਪਰ ਫਿਰ ਵੀ ਕਾਲਜਿਸ ਦਾ ਕੀ ਹੈ ਫੰਡਾ ਜਸਟ ਫੀਸ ਕਲੈਕਟ ਕਰਾਂਗੇ ਠੀਕ ਹੈ ਹੁਣ ਮੇਰੇ ਕੋਲ ਕੋਈ ਕਸਟਮਰ ਆਉਂਦਾ ਮੈਂ ਤਾਂ ਆਪਣਾ ਸਮਾਨ ਵੇਚਣਾ ਹੀ ਹਾਂ ਸੋ ਲੈਣ ਵਾਲੇ ਨੂੰ ਚਾਹੀਦਾ ਨਾ ਕਿ ਦੇਖ ਪਰਖ ਕੇ ਲਵੇ ਸੋ ਇਹੀ ਸਿਸਟਮ ਇੱਥੇ ਚੱਲਦਾ ਆ ਤੁਸੀਂ ਸਭ ਤੋਂ ਪਹਿਲਾਂ ਆਪਣਾ ਏਰੀਆ ਆਫ ਇੰਟਰਸਟ ਦੇਖੋ ਕਿੱਥੇ ਆ ਫਿਰ ਆਪਣਾ ਪ੍ਰੀਵੀਅਸ ਬੈਕਗਰਾਊਂਡ ਤੁਹਾਡੀ ਰੈਲੇਵੈਂਟ ਜਿਹੜੀ ਅੱਗੇ ਜੋ ਤੁਸੀਂ ਕੈਨੇਡਾ ਜਾ ਕੇ ਸਟੱਡੀ ਲੈਣੀ ਆ ਉਹਨਾਂ ਰੈਲੇਵੈਂਟ ਹੈ ਚੀਜ਼ ਉਸ ਤੋਂ ਬਾਅਦ ਅਗਲਾ ਆਉਂਦਾ ਪੁਆਇੰਟ ਜੀ ਤੁਸੀਂ ਕਿਹੜਾ ਕਾਲਜ ਜਾਂ ਯੂਨੀਵਰਸਿਟੀ ਚੂਜ਼ ਕਰ ਰਹੇ ਹੋ ਉਹਦੇ ਲਈ ਵੀ ਤੁਸੀਂ ਪਲੀਜ਼ ਇਹ ਧਿਆਨ ਰੱਖੋ ਕਿ ਸਰਚ ਕਰੋ ਸਭ ਤੋਂ ਪਹਿਲਾਂ ਸਰਚ ਕਰੋ ਕਿ ਜੇ ਤੁਸੀਂ ਜਾਣਾ ਸਪੋਜ਼ ਮੈਂ KPU 'ਚ ਆਈ ਹਾਂ ਨਾ ਮੈਂ ਪਹਿਲਾਂ ਸਰਚ ਕੀਤਾ ਕਿ KPU ਕਿੱਦਾਂ ਦੀ ਯੂਨੀਵਰਸਿਟੀ ਆ ਕੀ ਇਹਦਾ ਬੈਕਗਰਾਊਂਡ ਆ ਕੀ ਆ ਅਤੇ ਮੈਂ ਜ਼ਿਆਦਾਤਰ ਕੀ ਕੀਤਾ ਉਹਨਾਂ ਲੋਕਾਂ ਨੂੰ ਇੰਸਟਾਗ੍ਰਾਮ 'ਤੇ ਫੇਸਬੁੱਕ 'ਤੇ ਜਾਂ ਯੂਟਿਊਬ 'ਤੇ ਫੋਲੋ ਕਰਨਾ ਸ਼ੁਰੂ ਕੀਤਾ ਜਿਹੜੇ ਆਲਰੇਡੀ KPU 'ਚ ਪੜ੍ਹ ਰਹੇ ਆ ਉਹਦੇ ਨਾਲ ਕੀ ਸੀ ਮੈਨੂੰ KPU ਦੇ ਬਾਰੇ ਹੋਰ ਨੌਲੇਜ ਮਿਲੀ ਸੋ ਮੇਰਾ ਮਤਲਬ ਪਤਾ ਲੱਗ ਗਿਆ ਮੈਨੂੰ ਕਿ ਇੱਦਾਂ ਦਾ ਸਿਸਟਮ ਹੈ ਉਸ ਤੋਂ ਬਾਅਦ ਚੱਲਦੇ ਹਾਂ ਫਰੈਂਡਸ ਕਿ ਕਨਫਿਊਜ਼ਨ ਕਿੱਥੇ ਹੁੰਦੀ ਆ ਮੋਸਟਲੀ ਬੱਚਿਆਂ ਨੂੰ ਕੀ ਹੁੰਦਾ ਕਿ ਹਾਂ ਕਿੰਨੇ ਸਾਲ ਦਾ ਕੋਰਸ ਹੈ ਜੀ 2 ਸਾਲ ਦਾ ਲੈ ਲਿਆ ਕੋਈ ਕਹਿੰਦਾ ਮੈਂ 1.5 ਸਾਲ ਵਾਲਾ ਲੈ ਲਿਆ ਕੋਈ ਕਹਿੰਦਾ ਮੈਂ ਡਿਗਰੀ ਲੈ ਲਈ 3 ਸਾਲ ਦੀ 4 ਸਾਲ ਦੀ ਵਟਐਵਰ ਠੀਕ ਹੈ ਜਿੱਦਾਂ ਜਿੱਦਾਂ ਉਹਨਾਂ ਨੂੰ ਗਾਈਡ ਕੀਤਾ ਗਿਆ ਏਜੰਟ ਦੁਆਰਾ ਉਹ ਉੱਦੀ ਉਹਨੂੰ ਫੋਲੋ ਕਰਕੇ ਕੋਰਸ ਲੈ ਲੈਂਦੇ ਆ ਠੀਕ ਹੈ ਉਹਨਾਂ ਨੂੰ ਨੌਲੇਜ ਨਹੀਂ ਹੁੰਦੀ ਕਿ ਕ੍ਰੈਡਿਟਸ ਸਿਸਟਮ ਚੱਲਦਾ ਆ ਠੀਕ ਹੈ ਜ਼ਿਆਦਾਤਰ ਬੱਚੇ ਕੀ ਕਰਦੇ ਆ ਕਿ ਜਸਟ ਇੱਦਾਂ ਹੀ ਐਡਮਿਸ਼ਨ ਲੈ ਲੈਂਦੇ ਆ ਫਿਰ ਇੱਥੇ ਆ ਕੇ ਉਹਨਾਂ ਨੂੰ ਪਤਾ ਨਹੀਂ ਲੱਗਦਾ ਕਿ ਪਹਿਲਾਂ ਅਸੀਂ ਕਿੰਨੇ ਕ੍ਰੈਡਿਟਸ ਲਈਏ ਜਾਂ ਕਿੰਨੇ ਕੋਰਸ ਸਾਨੂੰ ਰਜਿਸਟਰ ਕਰਨੇ ਚਾਹੀਦੇ ਫੋਰ ਦਾ ਫਸਟ ਸਮੈਸਟਰ ਐਂਡ ਫੋਰ ਦਾ ਸੈਕਿੰਡ ਸਮੈਸਟਰ ਆਪਾਂ 2 ਸਮੈਸਟਰਾਂ ਦੀ ਫੀਸ ਭਰ ਕੇ ਆਉਂਦੇ ਹਾਂ ਨਾ ਠੀਕ ਹੈ ਤਾਂ ਫਿਰ ਉੱਥੇ ਜਾ ਕੇ ਕਨਫਿਊਜ਼ਨ ਹੁੰਦੀ ਆ ਕਈ ਵੇਲੇ ਬੱਚੇ ਥੋੜ੍ਹੇ ਥੋੜ੍ਹੇ ਕ੍ਰੈਡਿਟਸ ਪਹਿਲਾਂ ਪਹਿਲਾਂ ਲੈਂਦੇ ਆ ਅਤੇ ਐਟ ਦਾ ਐਂਡ ਕੀ ਹੁੰਦਾ ਆ ਉਹਨਾਂ ਦਾ ਕੋਰਸ ਲੰਬਾ ਹੋ ਜਾਂਦਾ ਜਦੋਂ ਉਹਨਾਂ ਦੇ ਕ੍ਰੈਡਿਟਸ ਖਤਮ ਨਹੀਂ ਹੁੰਦੇ ਤਾਂ ਉਹਨਾਂ ਨੂੰ ਆਪਣਾ ਸਟੱਡੀ ਪਰਮਿਟ ਵੀ ਐਕਸਟੈਂਡ ਕਰਾਉਣਾ ਪੈਂਦਾ ਸਪੋਜ਼ 2 ਸਾਲ ਦਾ ਕੋਰਸ ਹੈ ਠੀਕ ਹੈ 2 ਸਾਲ ਦਾ ਕੋਰਸ ਹੈ ਅਤੇ ਏਜੰਟਸ ਵੀ ਕਹਿੰਦੇ ਆ ਮਿਨੀਮਮ 3-3 ਕਹਿੰਦੇ ਕਿ 3-3 ਕੋਰਸ ਲੈ ਲਓ ਅਤੇ ਸਪੋਜ਼ ਕਰੋ ਜੇ ਆਪਾਂ +2 ਤੋਂ ਬਾਅਦ ਆਉਂਦੇ ਹਾਂ ਤਾਂ ਆਲਮੋਸਟ 20 ਜਾਂ 21 ਕੋਰਸਿਸ ਹੁੰਦੇ ਹੀ ਆ ਕੋਰਸਿਸ ਮੀਨਸ ਸਬਜੈਕਟਸ ਰਾਈਟ ਤਾਂ ਉਹ ਕੋਰਸਿਸ ਹੁੰਦੇ ਹੀ ਆ 20 ਤੋਂ 21 ਇੰਨੇ ਕੁ ਤਾਂ ਹੁੰਦੇ ਹੀ ਆ ਠੀਕ ਹੈ ਆਫਟਰ +2 ਸੋ ਕੀ ਏਜੰਟ ਕਰਦੇ ਆ ਪਹਿਲਾਂ 3 ਕੋਰਸ ਲੈ ਲਏ ਠੀਕ ਹੈ ਸੈਕਿੰਡ ਸੈਮ ਦੇ ਵੀ 3 ਰਜਿਸਟਰ ਮਤਲਬ ਫੀਸ ਜਾ ਕੇ ਭੇਜ ਦਿੰਦੇ ਬਟ ਜੋ ਤੁਸੀਂ ਇੱਥੇ ਆਉਣੇ ਆ
ਤੁਸੀਂ ਆਪਣੇ ਦਿਮਾਗ ਨਾਲ ਕੈਲਕੂਲੇਸ਼ਨ ਕਰਦੇ ਆ ਕਿ ਜੇ ਮੈਂ ਪਹਿਲੇ ਸੈਮ 'ਚ 3 ਕਰ ਰਹੀ ਹਾਂ, ਦੂਜੇ 'ਚ 3 ਕਰ ਰਹੀ ਹਾਂ, ਨੈਕਸਟ ਵਾਲੇ 'ਚ ਵੀ 3 ਕਰ ਰਿਹਾ, ਇੱਕ ਸਾਲ 'ਚ 3 ਸਮੈਸਟਰ ਹੁੰਦੇ ਰਾਈਟ, ਤਾਂ ਇੱਕ ਸਾਲ ਦੇ ਵਿੱਚ ਨੌਂ ਕੋਰਸ ਕਰ ਲਏ ਅਤੇ ਅਗਲੇ ਸਾਲ ਵੀ ਤੁਸੀਂ ਸਪੋਜ਼ 9 ਕੋਰਸ ਕਰ ਲਏ, ਠੀਕ ਹੈ, ਅਤੇ ਬਾਕੀ 9-18 ਅਤੇ ਐਂਡ 'ਚ ਫਿਰ 3-4 ਕੋਰਸ ਬਚ ਜਾਂਦੇ ਆ, ਜਿਹਦੇ ਨਾਲ ਕੀ ਆ ਤੁਹਾਡਾ ਉੱਧਰੋਂ ਸਟੱਡੀ ਪਰਮਿਟ ਐਕਸਪਾਇਰ ਹੋਣ ਵਾਲਾ ਹੁੰਦਾ ਅਤੇ ਤੁਹਾਨੂੰ ਸਟੱਡੀ ਪਰਮਿਟ ਵੀ ਐਕਸਟੈਂਡ ਕਰਵਾਉਣਾ ਪੈਂਦਾ, ਬਿਕੋਜ਼ ਤੁਹਾਡੇ ਕੋਰਸਿਸ ਰਹਿੰਦੇ ਹੁੰਦੇ ਆ, ਤੁਹਾਡੇ ਕ੍ਰੈਡਿਟਸ ਰਹਿੰਦੇ ਹੁੰਦੇ ਆ, ਕ੍ਰੈਡਿਟਸ ਕੰਪਲੀਟ ਕਰੋਗੇ ਤਾਂ ਤੁਹਾਨੂੰ ਡਿਗਰੀ ਮਿਲਣੀ, ਅਦਰਵਾਈਜ਼ ਨਹੀਂ। ਸੋ ਇਹਦੇ ਲਈ ਸਭ ਤੋਂ ਪਹਿਲਾਂ ਸਰਚ ਕਰੋ ਕਿ ਮੇਰੇ ਕੋਲ ਜੋ ਮੈਂ ਆਪਣਾ ਪ੍ਰੋਗਰਾਮ ਲੈ ਕੇ ਆ ਰਿਹਾ ਇੱਥੇ ਉਹਦੇ ਕ੍ਰੈਡਿਟਸ ਕਿੰਨੇ ਨੇ, ਅਤੇ ਉਹ ਕ੍ਰੈਡਿਟਸ ਦੇ ਹਿਸਾਬ ਨਾਲ ਜਿੱਦਾਂ ਲਾਈਕ ਹੁਣ KPU ਦਾ ਅਸੀਂ ਦੇਖੀਏ, KPU ਦੀ ਸਾਈਟ ਖੋਲ੍ਹ ਕੇ ਤੁਸੀਂ ਦੇਖ ਸਕਦੇ A-to-Z ਕੋਰਸਿਸ, ਐਵਰੀਥਿੰਗ ਅਵੇਲੇਬਲ ਔਨ ਦਾ ਵੈਬਸਾਈਟ ਆਫ KPU, ਤੁਸੀਂ ਉਹਦੇ 'ਤੇ ਜਾ ਕੇ ਦੇਖ ਸਕਦੇ ਆ। PG ਕੋਰਸਿਸ ਆ ਚਾਹੇ ਦੂਜੇ ਆ, ਉੱਥੇ ਸਾਰਾ ਲਿਖਿਆ ਹੁੰਦਾ ਕਿ ਹਾਓ ਮੈਨੀ ਕ੍ਰੈਡਿਟਸ ਐਂਡ ਹਾਓ ਮੈਨੀ ਕੋਰਸਿਸ। ਵੈਸੇ ਤਾਂ 3 ਕ੍ਰੈਡਿਟਸ ਦਾ ਇੱਕ ਕੋਰਸ ਹੁੰਦਾ ਰਾਈਟ, 3 ਕ੍ਰੈਡਿਟਸ ਇੱਕ ਕੋਰਸ, ਬਟ ਸਮ ਟਾਈਮ ਡਿਪੈਂਡ ਕਰਦਾ ਕਿ ਤੁਹਾਡੀ ਯੂਨੀਵਰਸਿਟੀ ਜਾਂ ਕਾਲਜ ਕਈ ਵੇਲੇ ਚੇਂਜ ਵੀ ਕਰ ਦਿੰਦਾ। ਹੁਣ ਜੇ ਲਾਈਕ ਕੋਅਪ ਕਰਨਾ ਹੋਵੇ, ਮੇਰਾ ਜਿਹੜਾ ਕੋਰਸ ਆ ਉਹਦੇ 'ਚ ਕੋਅਪ ਹੈ, ਜੇ ਅਸੀਂ ਕੋਅਪ ਕਰਨਾ ਹੋਵੇ, ਕੋਅਪ ਦੇ 10 ਕ੍ਰੈਡਿਟਸ ਹੁੰਦੇ ਆ, ਇੱਕ ਕ੍ਰੈਡਿਟਸ ਦਾ ਇੱਕ ਕੋਰਸ ਹੁੰਦਾ ਅਤੇ ਬਾਕੀ 9 ਕ੍ਰੈਡਿਟਸ ਦਾ ਇੱਕ ਸੈਮ ਹੁੰਦਾ। ਮਤਲਬ ਡਿਫਰੈਂਟ ਆ, ਬਟ ਯੂਜੂਅਲੀ ਕੀ ਹੁੰਦਾ ਆ ਕਿ 3 ਜਿਹੜੇ ਕ੍ਰੈਡਿਟਸ ਆ ਉਹਦਾ ਇੱਕ ਕੋਰਸ ਹੁੰਦਾ। ਤੁਸੀਂ ਇਹ ਸਾਰਾ ਸਿਸਟਮ ਲੈ ਕੇ ਚੱਲੋ ਦਿਮਾਗ 'ਚ ਕਿ ਹਾਂ ਜੇ ਮੈਂ 3 ਇੰਨੇ ਮੇਰੇ ਕ੍ਰੈਡਿਟਸ ਆ ਅਤੇ ਇੰਨੇ ਮੇਰੇ ਕੋਰਸ ਆ, ਅਤੇ ਹਰ ਇੱਕ ਕੋਰਸ ਦੀ ਡਿਟੇਲ ਰੱਖੋ ਕਿ ਮੈਂ ਕਿਹੜੇ ਕੋਰਸ ਪਹਿਲਾਂ ਕਰਨੇ ਆ, ਕਿਹੜੇ ਬਾਅਦ 'ਚ ਕਰਨੇ ਆ। ਠੀਕ ਹੈ, ਤੁਸੀਂ ਹੋ ਸਕੇ ਤਾਂ ਈਜ਼ੀ ਵਾਲੇ, ਪਹਿਲਾਂ ਤਾਂ ਮੈਂ ਇਹੀ ਰਿਕਮੈਂਡ ਕਰੂੰਗੀ ਕਿ ਪਹਿਲੇ ਸੈਮ 'ਚ 3 ਹੀ ਲੈ ਕੇ ਆਓ। ਠੀਕ ਹੈ, 3 ਹੀ ਲੈ ਕੇ ਆਓ, ਕਿਉਂਕਿ ਸਾਨੂੰ ਨਹੀਂ ਪਤਾ ਹੁੰਦਾ ਇੱਥੇ ਦੇ ਸਿਸਟਮ ਦਾ। ਜਦੋਂ ਅਸੀਂ ਫੈਮਿਲੀਅਰ ਹੋ ਜਾਂਦੇ ਹਾਂ ਇਸ ਸਿਸਟਮ ਤੋਂ, ਫਿਰ ਸੈਕਿੰਡ ਸੈਮ ਦੇ ਵਿੱਚ ਤੁਸੀਂ 4 ਚੱਕ ਲਓ। ਠੀਕ ਹੈ, 3rd 'ਚ ਵੀ 4 ਚੱਕ ਲਓ, ਰਿਕਮੈਂਡ ਕਰਦੀ ਹਾਂ ਕਿ 4 ਤੋਂ ਵੱਧ ਤੁਸੀਂ ਆਪਣੀ ਕੰਡੀਸ਼ਨ ਦੇਖ ਕੇ ਚੱਕੋ, ਕਿਉਂਕਿ ਜ਼ਿਆਦਾ ਬਰਡਨ ਹੋ ਜਾਂਦਾ ਸਮਟਾਈਮ, ਕੰਮ ਦਾ ਤੁਹਾਡਾ ਹੋ ਜਾਂਦਾ ਨਾ ਇਸ਼ੂ, ਤਾਂ ਉਹ ਤੁਹਾਡਾ ਆਪਣੇ 'ਤੇ ਡਿਪੈਂਡ ਆ। ਅਦਰਵਾਈਜ਼ ਜਿਹੜੇ ਆਫਟਰ 12th ਆਉਂਦੇ ਆ, ਉਹਨਾਂ ਨੂੰ ਮੈਂ ਇਹੀ ਰਿਕਮੈਂਡ ਕਰੂੰਗੀ ਪਹਿਲਾਂ 3 ਲੈਣ, ਨੋ ਵਰੀਜ਼, ਬਟ ਆਫਟਰ ਦੈਟ 4-4 ਕੋਰਸ ਲੈ ਕੇ ਆਪਣਾ ਜਿਹੜਾ ਪ੍ਰੋਗਰਾਮ ਆ 2 ਸਾਲ ਦੇ ਵਿੱਚ ਕੰਪਲੀਟ ਕਰਨ, ਕਿਉਂਕਿ ਸਟੱਡੀ ਪਰਮਿਟ ਐਕਸਟੈਂਡ ਕਰਾਉਣਾ ਵੈਸੇ ਤਾਂ ਨਹੀਂ ਔਖਾ, ਬਟ ਫਿਰ ਵੀ ਬਹੁਤ ਜ਼ਿਆਦਾ ਕਹਿ ਲਓ ਕਿ ਬੰਦੇ ਦਾ ਦਿਮਾਗ ਫਸਿਆ ਰਹਿੰਦਾ ਆ ਕਿ ਹਾਂ ਮੈਂ ਸਟੱਡੀ ਪਰਮਿਟ ਐਕਸਟੈਂਡ ਕਰਾਉਣਾ, ਮੇਰਾ ਸਟੱਡੀ ਪਰਮਿਟ ਐਕਸਪਾਇਰ ਹੋ ਜਾਣਾ, ਸਟੱਡੀ ਖਤਮ ਨਹੀਂ ਹੋਣੀ, ਸੋ ਇਹ ਇਸ਼ੂਜ਼ ਬਣ ਜਾਂਦੇ ਆ। ਓਕੇ, ਮੈਂ ਇਹੀ ਤੁਹਾਨੂੰ ਕਹਿਣਾ ਸੀਗਾ ਕਿ ਜਦੋਂ ਵੀ ਤੁਸੀਂ ਆਉਣਾ, ਜਿਹੜੇ ਮਰਜ਼ੀ ਕਾਲਜ 'ਚ ਆਉਣਾ ਆ, ਤਾਂ ਜਿਹੜਾ ਵੀ ਕੋਰਸ ਤੁਸੀਂ ਪਹਿਲਾਂ ਦਾ ਕੋਰਸ ਪ੍ਰੋਗਰਾਮ ਆਪਣਾ ਪ੍ਰੋਪਰਲੀ ਚੂਜ਼ ਕਰੋ, ਕਾਲਜ ਪ੍ਰੋਪਰਲੀ ਚੂਜ਼ ਕਰੋ, ਆਫਟਰ ਦੈਟ ਉਸ ਕੋਰਸ ਦੇ ਬਾਰੇ ਉਹਦੇ ਕ੍ਰੈਡਿਟਸ ਕਿੰਨੇ ਨੇ, ਹਰੇਕ ਕ੍ਰੈਡਿਟਸ ਦਾ ਕਿਹੜਾ ਕੋਰਸ ਹੈ, ਉਹਦੇ ਕੋਰਸ ਦੇ ਕੀ ਮਤਲਬ ਹੈ, ਕੀ ਕੋਰਸ ਅਤੇ ਕਿਹੜਾ ਸੌਖਾ ਕੋਰਸ ਆ ਜਿਹੜਾ ਤੁਸੀਂ ਪਹਿਲਾਂ ਲੈ ਸਕਦੇ ਹਾਂ, ਜਾਂ ਫਿਰ ਕਿਹੜੇ ਕੋਰਸਿਸ ਆ ਜਿਹੜਾ ਤੁਸੀਂ ਮਿਕਸ ਕਰਕੇ ਸੌਖੇ ਦੋ ਔਖੇ ਲੈ ਕੇ ਆਪਣਾ ਕਰ ਸਕਦੇ ਹਾਂ। ਸੋ ਇਹ ਸੀ ਇਨਫੋਰਮੇਸ਼ਨ। ਇਫ ਯੂ ਹੈਵ ਐਨੀ ਕੁਐਸਚਨ, ਯੂ ਕੈਨ ਮੈਸੇਜ ਮੀ ਔਨ ਮਾਈ ਇੰਸਟਾਗ੍ਰਾਮ ID ਐਂਡ ਯੂ ਕੈਨ ਕਮੈਂਟ ਔਨ ਬਿਲੋ ਟੂ ਮਾਈ ਵੀਡੀਓ। ਸੋ ਮਿਲਦੇ ਹਾਂ ਨੈਕਸਟ ਵੀਡੀਓ 'ਚ। ਬਾਏ ਬਾਏ, ਹੈਵ ਐ ਨਾਈਸ ਡੇ।